ਕੱਲ ਲੋਡ ਕਰਾਂਦੇ ਹੋ ਕਿੱਥੋਂ ਕਰਾਂਦੇ ਸਕਰ ਦੂ ਵਾਸਤੇ ਗੰਜ ਮੰਡੀ ਤੋਂ ਗੰਜ ਮੰਡੀ ਤੋਂ ਪਰਚੂਨ ਪਰਚੂਨ ਤੇ ਇਹ ਤੁਸੀਂ ਕਿਤਨੇ ਦਿਹਾੜੇ ਪਹੁੰਚਦੇ ਉੱਥੇ ਅਸੀਂ ਉੱਥੇ 4 ਦਿਨ ਹੀ ਪਹੁੰਚ ਜਾਂਦੇ ਹਾਂ 4 ਦਿਨ ਇੱਕ ਸਾਈਡ ਦਾ 10 ਟਨ ਤੁਹਾਡੇ ਕੋਲ ਲੱਗਦਾ ਉਹਦਾ ਕਿਰਾਇਆ ਕਿਤਨਾ 10 ਟਨ ਦਾ 2 ਲੱਖ ਰੁਪਏ ਲੱਗਦਾ 2 ਲੱਖ ਇੱਕ ਸਾਈਡ ਦਾ ਤੇ ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲ ਹੈ ਠੀਕ ਹੋ ਮੈਂ ਤੁਹਾਡਾ ਬਰਾ ਇਮਰਾਨ ਖਾਨ ਤੇ ਤੁਸੀਂ ਵੇਖਦੇ ਪਏ ਮੇਰਾ ਯੂਟਿਊਬ ਚੈਨਲ ਇਮਰਾਨ ਮਾਨੋ ਉਮੀਦ ਕਰ ਸਾਰੇ ਬਰਾ ਠੀਕ ਹੋ ਜਨਾਬ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਜਿਵੇਂ ਕਿ ਤੁਹਾਨੂੰ ਪਤਾ ਕਿ ਮਾਰੋ ਨੇ ਵੀਡੀਓ ਲੈ ਕੇ ਹਾਜ਼ਰ ਹਾਂ ਅੱਜ ਇਸ ਤਰ੍ਹਾਂ ਦੀ ਵੀਡੀਓ ਨਾਲ ਹਾਜ਼ਰ ਹਾਂ ਅੱਜ ਦੀ ਬੜੀ ਅੱਛੀ ਤੇ ਖਾਸ ਵੀਡੀਓ ਨਾਲ ਹਾਜ਼ਰ ਹਾਂ ਇਸੀ ਜੋ ਵੀਡੀਓ ਤਲਵਾ ਮਾਡਲ ਸੀ ਜੋ ਐਨਪੀਆਰ ਤੇ ਅੱਜ ਨਾਨਕ ਕੋਲ ਮਾਲੂਮ ਹੈ ਤੇ ਲੈਣੇ ਆ ਇਹ ਬਾਡੀ ਤੇ ਚਲਾਉਂਦੇ ਪੈਣਗੇ ਕੰਟੇਨਰ ਵਾਲੀ ਵੀਡੀਓ ਬਣਾਈਏ ਤੇ ਕਿਤੇ ਕਿਤੇ ਚੱਲਦੇ ਹਾਂ ਤੇ ਨਾਲ ਰੱਖੀਏ ਤੇ ਕੇ ਚੇਂਜ ਕੀਤੇ ਗੱਡੀ ਸਾਰੀ ਮਾਲੂਮ ਹੈ ਲੈ ਕੇ ਬਰਾਂ ਨਾਲ ਸ਼ੇਅਰ ਕਰਸਾਂ ਉਮੀਦ ਕਰਸਾਂ ਵੀਡੀਓ ਸਾਡੇ ਤੁਹਾਨੂੰ ਜ਼ਰੂਰ ਪਸੰਦ ਆਸੀ ਤੇ ਮੇਰੀ ਉਹ ਛੋਟੀ ਜਿਹੀ ਰਿਕੁਐਸਟ ਹੈ ਤੇ ਮਿਹਨਤ ਹੀ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਲਾਈਕ ਕਰ ਦੇਣੀ ਕਿਉਂਕਿ ਇੱਕ ਬੰਦਾ ਮਿਹਨਤ ਕਰੇ ਤਾਂ ਮਿਹਨਤ ਦਾ ਸਿਲਾ ਨਾ ਮਿਲੇ ਤਾਂ ਬੜਾ ਦੁੱਖ ਹੁੰਦਾ ਤੇ ਲਾਜ਼ਮੀ ਮੇਰੀ ਰਿਕੁਐਸਟ ਹੈ ਚੈਨਲ ਮੇਰਾ ਜ਼ਰੂਰ ਸਬਸਕ੍ਰਾਈਬ ਕਰ ਦਿਓ ਸਾਰ ਜੀ ਇੱਕ ਮਿੰਟ ਟਾਈਮ ਦਿਓ ਉਸਤਾਦ ਹਰੀ ਮਸਰੂਫ ਹਨ ਉਸਤਾਦ ਰਨ ਮੈਂ ਆਖੇ ਚਲੋ ਸਾਨੂੰ ਟਾਈਮ ਦਿਓ ਉਸਤਾਦ ਰਨ ਠੀਕ ਹੈ ਠੀਕ ਹੈ ਮਿਹਰਬਾਨੀ ਅਸਲਾਮ ਵਾਲੇਕੁਮ ਸਰ ਜੀ ਵਾਲੇਕੁਮ ਸਲਾਮ ਜੀ ਕੀ ਹਾਲ ਠੀਕ ਹੋ ਸ਼ੁਕਰ ਅਲਹਮਦੁਲਿਲਾਹ ਸਰ ਜੀ ਕਿਹਨਾਂ ਆਪਣਾ ਅਦੂਲ ਨਾਮ ਹੈ ਅਦੂਲ ਮਾਸ਼ਾਅੱਲਾ ਕਿਹੜੀ ਜਗ੍ਹਾ ਤੋਂ ਇਹ ਐਕਟਾਬਾਦ ਤੋਂ ਐਕਟਾਬਾਦ ਮਾਸ਼ਾਅੱਲਾ ਜ਼ਬਰਦਸਤ ਅਗਲੇ ਦਾ 10 ਵੀਲਰ ਗੱਡੀ ਦੀ ਮੈਂ ਐਕਟਾਬਾਦ ਦੀ ਆਈ ਹੋ ਤੇ ਬਣਾਈ ਵੀਡੀਓ ਅਜੋ ਸਰ ਜੀ ਤੁਸੀਂ ਗੱਡੀ ਆਪਣੀ ਨੇ ਡਰਾਈਵਰੀ ਕਰ ਰਹੇ ਹੋ ਨਹੀਂ ਡਰਾਈਵਰੀ ਕਰਨੇ ਆ ਛੋਟੇ ਭਰਾ ਦੀ ਅੱਛਾ ਆਪਣੀ ਹੈ ਯਾਨੀ ਕਿ ਜੀ ਭਰਾ ਹੈ ਵੱਡਾ ਉਸ ਦੀ ਹੈ ਯਾਰ ਮਾਸ਼ਾਅੱਲਾ ਮੈਂ ਅੱਛੀ ਗੱਲ ਉਹ ਭਰਾ ਕਿੱਥੇ ਹੁੰਦੇ ਨੇ ਉਹ ਉਲਟੇ ਤੇ ਹੁੰਦੇ ਪਿੰਡੀ ਅੱਛਾ ਇਹ ਕਿੰਨਾ ਟਾਈਮ ਹੋ ਗਿਆ ਤੁਸੀਂ ਗੱਡੀ ਚਲਾ ਰਹੇ ਹੋ ਮੈਂ ਗੱਡੀ ਚ 1 ਮਹੀਨੇ ਤੋਂ ਚਲਾ ਰਿਹਾ ਅੱਛਾ 1 ਮਹੀਨਾ ਪਹਿਲੇ ਕਿਹੜੀ ਗੱਡੀ ਚਲਾਈ ਹੈ ਪਹਿਲੇ ਬੈਡਫੋਰਡ ਗੱਡੀ ਸੀ ਅੱਛਾ ਬੈਡਫੋਰਡ ਤੋਂ ਵਾਪਸ ਤੇ ਆਇਆ ਜੀ ਜੀ ਚਲ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਹੁਣ ਤੁਸੀਂ ਕਿੱਥੇ ਜਾ ਰਹੇ ਹੋ ਹੁਣ ਪਿੰਡੀ ਜਾ ਰਹੇ ਹਾਂ ਪਿੰਡੀ ਕੀ ਚੀਜ਼ ਲੋਡ ਕਰਨੀ ਹੈ ਪਲਾਈਵੁੱਡ ਲੋਡ ਕੀਤੀ ਹੈ ਉੱਥੇ ਲਾਜ਼ਮੀ ਹੈ ਕੋਰੀ ਰੋਡ ਤੇ ਉੱਥੋਂ ਫਿਰ ਵਾਪਸੀ ਗੰਜ ਮੰਡੀ ਤੋਂ ਪਰਚੂਨ ਲੋਡ ਕਰਨਾ ਉਹ ਕਿੱਥੇ ਦਾ ਲੋਡ ਕਰਨਾ ਉਹ ਐਪਟਾਬਾਦ ਜਾਂ ਮਨਸਰ ਅੱਛਾ ਇਹ ਐਪਟਾਬਾਦ ਵਿੱਚ ਲੈ ਕੇ ਆਇਓ ਨਹੀਂ ਆਤਾਰ ਤੋਂ ਲੈ ਕੇ ਆਇਆ ਆਤਾਰ ਤੋਂ ਲੈ ਕੇ ਆਇਓ ਅੱਛਾ ਸਰ ਤੁਸੀਂ ਗੱਡੀ ਚਲਾ ਰਹੇ ਹੋ ਉਹ ਬਾਅਦ ਵਿੱਚ ਤੁਹਾਡੇ ਕੋਲ ਮਾਲੂਮਾਤ ਰਹਿਣਾ ਸਾਡੇ ਗ੍ਰਾਹਕ ਕਾਫੀ ਫਰਮਾਇਸ਼ ਕਰਦੇ ਨੇ ਕਿ ਅਸੀਂ ਜੋ ਗੱਡੀ ਦੀ ਬੜੀ ਮਾਰਕੀਟ ਹੈ ਇਹ ਥੋੜਾ ਜਿਹਾ ਮੈਨੂੰ ਲੱਗਦਾ ਤਲਵਾ ਮਾਡਲ ਹੈ ਇਸ ਤਰ੍ਹਾਂ ਹੈ ਨਾ ਤੇ ਇਹ ਉਹਦੇ ਕੀ ਕੀ ਚੇਂਜਿੰਗ ਹੋਈ ਗਈ ਹੈ ਬਾਡੀ ਰੱਖਣ ਵਾਸਤੇ ਕੰਟੇਨਰ ਗੱਡੀ ਤੇ ਬਾਡੀ ਰੱਖਦੇ ਹੋ ਹਾਂ ਯਾਨੀ ਕਿ ਕੰਟੇਨਰ ਦਾ ਬਾਕੀ ਤੇ ਕੰਟੇਨਰ ਤੇ ਚੱਲਦੇ ਹੋ ਦਿਨ ਬਾਡੀ ਇੱਕ ਜਿਹੜੀ ਰੱਖੀ ਤੇ ਫਰੇਮ ਕਿਤਨਾ ਲੰਮਾ ਕੀਤਾ ਤੇ ਬਾਕੀ ਦੇ ਥੱਲੇ ਹਿੱਸਾ ਕਿਹੜਾ ਤੁਸੀਂ ਪਾ ਰਹੇ ਹੋ ਇਸੀ 7D ਨੇ ਇਸੇ ਪੇਨ ਤੇ ਫਰੇਮ ਇਸ ਦੀ 18 ਫੁੱਟ ਹੈ 18 ਫੁੱਟ ਫਰੇਮ ਹੈ ਡਬਲ ਕੀਤਾ ਨੇ ਡਬਲ ਫਰੇਮ ਹੈ ਉੱਤੇ ਇਸ ਦੀ ਅਸਾਂ ਫਿਰ 18 ਫੁੱਟ ਬਾਡੀ ਬਣਾਈ ਹੈ ਅੱਛਾ ਜੀ ਤੇ ਹਿੱਸੇ ਦੇ ਇਹਨੂੰ ਕਾਰਗੋ ਵਾਲੇ ਪੈਣੇ ਜੀ ਛੋਟੀ 7D ਨੇ ਉਸ ਦੇ ਇਸੇ ਪੇਨ ਅੱਛਾ ਫਰੰਟ ਲਿਥੜੀ ਉਹਦੀ ਹੈ ਜਾਂ ਸਭ ਕੁਝ ਉਸ ਦਾ 7D ਅੱਛਾ ਜੀ ਮਾਸ਼ਾਅੱਲਾ ਜ਼ਬਰਦਸਤ ਹੈ ਇੰਜਣ ਦਾ ਇੰਜਣ ਆਪਣਾ ਹੈ ਜਾਨੀ ਇੰਜਣ ਆਪਣਾ ਤੇ ਗੇਅਰ ਗੇਅਰ 7-11 ਲਗਾ ਸੀ 87 ਅੱਛਾ ਤੇ ਇਹ ਵਾ ਤੁਸੀਂ ਸਾਰੇ ਮੁਕੰਮਲ ਚੇਂਜ ਕੀਤੇ ਹੁਣ ਗੱਡੀ ਦੇ ਉਸ ਟਾਈਮ ਕੀ ਕੰਡੀਸ਼ਨ ਹੈ ਤਕਰੀਬਨ ਕਿਤਨੇ ਵਜ਼ਨ ਤੁਸੀਂ ਪਾ ਸਕਦੇ ਹੋ ਅਸੀਂ 10 ਟਨ ਲੈ ਕੇ ਸਕਰਦੇ ਜਾਣੇ ਆ ਅੱਛਾ ਜੀ ਮਾਸ਼ਾਅੱਲਾ ਦੋਸਤੋ ਵਾਤ ਬੜੀ ਜ਼ਬਰਦਸਤ ਹੈ 7D ਜਿਤਨਾ ਵਜ਼ਨ ਲੈ ਕੇ ਵੈਂਦੇ ਤੁਸੀਂ ਸਕਰਦ ਲੈ ਜੀ 10 ਟਨ ਸਕਰਦੇ ਲੈ ਕੇ ਜਾਣੇ ਆ ਵਾਹ ਜੀ ਵਾਹ ਜ਼ਬਰਦਸਤ ਕਿਉਂਕਿ ਅੱਛੀ ਅੱਛੀ ਗੱਡੀਆਂ ਨੇ ਡਰਾਈਵਰਾਂ ਕੋਲ ਸਾਡੇ ਵੀਰਾਂ ਆਂਦਨ ਕਾਫੀ ਮਾਹਰ ਦੇ ਨਾਲ ਅਗਰ ਮੇਰੀ ਗੱਲ ਕਿਸੇ ਨੂੰ ਬੁਰੀ ਲੱਗੇ ਲੇਕਿਨ ਸਕਰਦ ਦਾ ਨਾਂ ਅਗਰ ਕਿਸੇ ਨੇ ਲਏ ਨਾ ਤੇ ਥੋੜੀ ਅਤਰਾ ਅੰਦਰ ਨਿਕਲ ਆਏਗਾ ਬਿਆਰਾ ਸਾ ਨਹੀਂ ਵੈਂਦੇ ਸਕਰਦ ਵਾਈ ਕਲ ਕੇ ਹਾਲਾਤ ਹੈ ਸਕਰਦੂ ਰੋਡ ਨਿਆ ਬਣਾ ਹੋਇਆ ਹੈ ਲੇਕਿਨ ਥੋੜਾ ਬਹੁਤ ਮਸਲਾ ਪਰੇਸ਼ਾਨੀ ਹੈ ਬਾਰਿਸ਼ ਦੀ ਵਜ੍ਹਾ ਸੇ ਸਲੈਟਿੰਗ ਬਹੁਤ ਹੈ ਅੱਛਾ ਤੁਸੀਂ 10 ਟਨ ਲੈ ਵੇਂਦੇ ਤੁਹਾਨੂੰ ਮਸਲਾ ਕੋਈ ਨਹੀਂ ਪੇਸ਼ਾਨੀ ਨਹੀਂ ਨਹੀਂ ਗੱਡੀ ਨੂੰ ਕੋਈ ਮਸਲਾ ਨਹੀਂ ਉਹ ਤੋਂ ਵੱਧ ਕੇ ਸ਼ਲੈ ਕੇ ਆਂਦੇ ਉਤੋਂ ਆਲੂ ਸ਼ਾਲੂ ਚਲੇ ਸਟਮੋ ਲੈ ਕੇ ਆਂਦੇ ਅੱਛਾ ਇਸ ਗੱਡੀ ਦਾ ਸਟਾਪਰ ਸਟੂਪਰ ਚਾਲੀ ਬ੍ਰੇਕ ਇਹਦੀ ਕਿਸੇ ਬ੍ਰੇਕ ਜੈਨੂਅਨ ਚੱਲਦੀ ਪਈ ਹੈ ਜੀ ਸਭ ਕੁਝ ਚਾਲੂ ਹੈ ਅੱਛਾ ਬ੍ਰੇਕ ਆਪਣਾ ਸੈਟ ਬ੍ਰੇਕ ਲੱਗੀ ਹੈ ਸੈਟ ਬ੍ਰੇਕ ਲੱਗੀ ਹੋਈ ਹੈ ਜੀ ਪਤਾ ਲਾ ਖੈਰ ਕਰ ਬ੍ਰੇਕ ਜ਼ਬਰਦਸਤ ਹੈ ਯਾਨੀ ਜ਼ਬਰਦਸਤ 10 ਟਨ ਸਟਾਪਰ ਹੀ ਚਾਲੂ ਹੈ ਸਟਾਪਰ ਵੀ ਚਾਲੂ ਹੈ ਅੱਛਾ ਸਹੀ ਤੁਸੀਂ ਸਕਰਦੂ ਜੋ ਇੱਥੇ ਜਿਹੜਾ ਮਾਲ ਲੋਡ ਕਰਾਉਂਦੇ ਹੋ ਕਿੱਥੋਂ ਕਰਾਉਂਦੇ ਸਕਰਦੂ ਵਾਸਤੇ ਗੰਜ ਮੰਡੀ ਤੋਂ ਗੰਜ ਮੰਡੀ ਤੋਂ ਪਰਚੂਨ ਪਰਚੂਨ ਤੇ ਇਹ ਤੁਸੀਂ ਕਿਤਨੇ ਦਿਹਾੜੇ ਪਹੁੰਚਦੇ ਹੋ ਉੱਥੇ
ਅਸੀਂ ਉੱਥੇ 4 ਦਿਨ ਪਹੁੰਚ ਜਾਂਦੇ ਹਾਂ। 4 ਦਿਨ ਠੇਕ ਸਾਈਡ ਦਾ 10 ਟਨ ਤੁਹਾਡੇ ਕੋਲ ਲਗਾ ਜਾਣਾ ਹੁੰਦਾ, ਉਹਦਾ ਕਿਰਾਇਆ ਕਿੰਨਾ ਹੁੰਦਾ? 10 ਟਨ ਦਾ 2 ਲੱਖ ਰੁਪਏ ਲੱਗਦਾ। 2 ਲੱਖ ਠੇਕ ਸਾਈਡ ਦਾ ਤੇ ਇਹ ਤੁਹਾਡੀ ਗੱਡੀ ਤਕਰੀਬਨ ਖਰਚਾ ਕਿੰਨਾ ਕਰਵਾਇਆ ਜੀ? ਵਾਪਸੀ ਤੋਂ ਅਸੀਂ ਮਾਲ ਲੈ ਕੇ ਆਵਾਂ ਤਾਂ ਤਕਰੀਬਨ 1,20,000-30,000 ਰੁਪਏ ਉੱਥੋਂ ਲੱਗਦਾ। ਅੱਛਾ, ਤੇ 1 ਲੱਖ ਰੁਪਏ ਸਾਂ ਬਚ ਜਾਂਦਾ। ਚਲ ਮਾਸ਼ਾਅੱਲਾ, ਬਹੁਤ ਅੱਛੀ ਗੱਲ, ਅੱਲਾਹ ਤਾਲਾ ਤੁਹਾਨੂੰ ਹੋਰ ਅੱਲਾਹ ਦੇਵੇ ਤੇ ਅੱਲਾਹ ਤਾਲਾ ਤੁਹਾਡੇ ਨਸੀਬ ਕਰੇ। ਤੇ ਬਾਕੀ ਮੁਕੰਮਲ ਤੁਹਾਡੇ ਮਹੀਨੇ ਦੇ ਤਕਰੀਬਨ ਕਿੰਨੇ ਚੱਕਰ ਲੱਗਦੇ? ਅਸੀਂ ਸੀਜ਼ਨ ਦੇ ਹਿਸਾਬ ਨਾਲ ਜਾਂਦੇ, ਸੀਜ਼ਨ ਹੋਵੇ ਤਾਂ ਜਾਂਦੇ, ਨਹੀਂ ਤੇ ਆਪਣਾ ਪਿੰਡੀ ਜ਼ਾਰਾਡ ਹੈ ਗਲ ਮੰਡੀ ਤੋਂ, ਇੱਥੇ 9 ਕੋਲ ਅਕਬਾਦ ਮਨਸੇਰਾ ਪਚੋਂ ਲੈ ਕੇ ਆਂ। ਸੀਜ਼ਨ ਹੋਵੇ ਤਾਂ ਫਿਰ ਆਪ ਪਾਸ ਜਾਂ। ਅੱਛਾ, ਇਹ ਤੁਹਾਡਾ ਸੀਜ਼ਨ ਜਿਹੜਾ ਸਰਦ ਵਾਲਾ ਚੱਲਦਾ ਕਿਹੜੇ ਮਹੀਨੇ ਚੱਲਦਾ, ਕਿਹੜੇ ਸਾਲ? ਇਹ ਚੱਲਣਾ ਹੈ 8ਵੇਂ ਤੋਂ 10ਵੇਂ ਤੱਕ। ਅੱਛਾ, ਸਹੀ ਸੀਜ਼ਨ ਚੱਲਦਾ? ਸਹੀ ਸੀਜ਼ਨ, ਫਿਰ ਉਸ ਤੋਂ ਬਾਅਦ ਜਾਨਾ ਮਾਲ ਚੱਲ ਜਾਂਦਾ ਹੈ ਸੋਸਤਰ। ਅੱਛਾ, ਭਾਈ ਤੁਸੀਂ ਸਰਦ ਵੀ ਚੱਲਦੇ ਪਏ, ਅੱਲਾਹ ਤਾਲਾ ਤੁਹਾਨੂੰ ਖੈਰ ਖੇਰੇ ਨਾਲ ਚਲਾਵੇ। ਤੁਸੀਂ ਸਾਡੇ ਬ੍ਰਾਂਡ ਕੇ ਪੈਗਾਮ ਦੇਣਾ ਚਾਹੋ, ਜਿਹੜਾ ਖਾਸ ਤੌਰ ਤੇ ਤੁਸੀਂ ਖਾਇਸ਼ ਰੱਖਦੇ ਹੋ ਜਾਈ ਤੇ ਨਹੀਂ ਗਏ, ਨਾ ਦੇ ਵਾਸਤੇ ਕੋਈ ਐਸੀ ਨਸੀਹਤ ਜਿਹੜੀ ਅਗਰ ਗੱਡੀ ਲੈ ਕੇ ਵਹਿਣਾ ਚਾਹੋਗੇ, ਤੁਹਾਨੂੰ ਨਜ਼ਰ ਨਾ ਚੋ ਇਹ ਚੀਜ਼ ਗੱਡੀ ਦੇ ਵਿੱਚ ਲਾਜ਼ਮੀ ਹੋਣੀ ਚਾਹੀਦੀ ਹੈ। ਗੱਡੀ ਦਾ ਸਟਾਪਰ ਠੀਕ ਹੋਵੇ, ਬ੍ਰੇਕ ਬੜੀ ਹੋਵੇ ਤੇ ਗੱਡੀ ਤਕੜੀ ਹੋਵੇ, ਜਾਓ ਨਾ ਹੋਵੇ ਤੇ ਨਾ ਜਾਓ। ਅੱਛਾ, ਫਾਇਦਾ ਕੋਈ ਨਹੀਂ। ਬਾਕੀ ਮੈਕੈਨਿਕਲ ਅਗਰ ਗੱਡੀ ਖਰਾਬ ਹੋ ਗਈ, ਮਿਸਤਰੀ ਵਗੈਰਾ ਆਸਾਨੀ ਨਾਲ ਮਿਲ ਲੈਂਦੇ? ਉੱਥੋਂ ਜਗਲੋ ਹਟਾਉਣਾ ਪੈਣਾ, ਉੱਥੋਂ ਮਿਸਤਰੀ ਮਿਲ ਲੈਣ। ਰਸਤੇ 'ਚ ਕਿੱਥੇ ਨੇ? ਰਸਤੇ 'ਚ ਕਿਧਰੇ ਨੇ? ਤੇ ਅਗਰ ਕੋਈ ਟਾਇਰ ਪੈਂਚਰ ਹੋ ਜਾਂਦਾ ਟਾਇਰਾਂ ਵਾਲਾ? ਟਾਇਰਾਂ ਵਾਲਾ ਜਗ੍ਹਾ ਜਗ੍ਹਾ ਹੈ, ਲੇਕਿਨ ਦੂਰ ਹੈ, ਬਹੁਤ ਦੂਰ ਹੈ ਨਾ? ਬਹੁਤ ਦੂਰ ਹੈ, ਯਾਨੀ ਕਿ ਮੁਸ਼ਕਲ ਇਹਨ ਪਈਆਂ ਥੋੜ੍ਹੀਆਂ। ਹਾਂ, ਮੁਸ਼ਕਲ ਹੈ। ਬਾਕੀ ਚੜ੍ਹਾਈ ਦੇ ਹਿਸਾਬ ਨਾਲ ਕੈਸੀ ਤੁਸੀਂ ਦੱਸੋ ਬਈ, ਤੁਸੀਂ ਰਹਿੰਦੇ, ਤੁਹਾਨੂੰ ਸਭ ਤੋਂ ਜ਼ਿਆਦਾ ਮੁਸ਼ਕਲਾਂ ਜਿਹੜੀ ਉਸ ਰੋਡ 'ਤੇ ਨਜ਼ਰ ਆਉਂਦੀ ਉਹ ਕਿਹੜੀ ਚੀਜ਼ ਹੈ? ਸਲੈਡਿੰਗ। ਸਲੈਡਿੰਗ ਜੀ, ਸਲੈਡਿੰਗ ਆ ਜਿਹੜੇ ਹਫ਼ਤਾ ਹਫ਼ਤਾ ਰੋਡ ਬੰਦ ਹੋ ਜਾਂਦੇ, ਵੱਤ ਬੜਾ ਖਤਰਨਾਕ ਹੈ। ਤੇ ਅੱਛਾ ਇਹ ਦੱਸੋ, ਜਿਹੜੀ ਸਲੈਡਿੰਗ ਹੁੰਦੀ ਹੈ, ਅੱਲਾ ਨਾ ਕਰੇ, ਅੱਲਾ ਨਾ ਕਰੇ, ਕਦੀ ਤੁਹਾਡੇ ਸਾਹਮਣੇ ਵਾਏ ਵਾਕਿਆ ਪੇਸ਼ ਆਇਆ? ਜੀ ਜੀ। ਅੱਛਾ, ਆਇਆ ਬਾਰ ਕਿੰਨੀ ਦਫਾ ਅਸੀਂ ਖੁਦ ਬੱਚੇ ਆ ਪੱਥਰਾਂ ਕੋਲੋਂ। ਅੱਛਾ ਜੀ, ਯਾਨੀ ਕਿ ਖਤਰੇ ਨਾਲ ਜ਼ਿੰਦਗੀ ਜਾਨ ਨਾਲ ਖੇਡ ਕੇ ਵਹਿਣਾ ਪਿਆ। ਬਸ ਕੀ ਕਰਾਂ, ਮਜਬੂਰੀ ਹੈ, ਮਜ਼ਦੂਰੀ ਤਾਂ ਕਰਨੀ। ਚਲ ਅੱਲਾ ਖੈਰ ਕਰੇ। ਹੋਰ ਕਦੀ ਤੁਹਾਡੇ ਨਾਲ ਵਾਕਿਆ ਪੇਸ਼ ਆਇਆ ਹੋਵੇ ਉਸ ਰੋਡ ਤੇ? ਹੋਰ ਕੋਈ ਨਹੀਂ ਆਇਆ, ਇਸ ਲੈਡਿੰਗ ਵਾਲਾ ਮਸਤ ਹੈ। ਚਲ ਅੱਲਾ ਤਾਲਾ ਖੈਰ ਕਰੇ, ਤੇ ਇੱਕ ਗੱਲ ਹੋ ਗਈ। ਅੱਛਾ ਸਾਹਿਬ ਜੀ, ਤੁਸੀਂ ਹੁਣ ਗੱਡੀ ਦੇ ਹਵਾਲੇ ਨਾਲ ਕਿ ਮੈਂ ਸਾਡੇ ਬ੍ਰਾਂਡ ਮਸ਼ਵਰਾ ਦੇਣਾ ਚਾਹਤਾ, ਜਿਹੜੀ ਤੁਹਾਡੇ ਕੋਲ ਸੀਜ਼ੋ ਗੱਡੀ ਹੈ, ਪਈ ਅੱਲਾ ਤਾਲਾ ਤੁਹਾਡੇ ਨਸੀਬ ਕਰੇ, ਇਹ ਗੱਡੀ ਰੋਜ਼ ਦਿਆ ਕਿਚ ਕੈਸੀ ਹੈ? ਮਾਸ਼ਾਅੱਲਾ ਬਹੁਤ ਅੱਛੀ ਹੈ ਜੀ। ਸੀਜ਼ੋ ਗੱਡੀ ਖੁਦ ਚਲਾਉਣੇ ਵਾਲਾ ਜਾਣਾ ਹੋਵੇ ਤੇ 2-2.5 ਲੱਖ ਰੁਪਏ ਮਹੀਨੇ ਦਾ ਕਿਧਰੇ ਨਹੀਂ ਗਿਆ। ਛੋੜ ਰਹੀ ਹੈ? ਹਾਂ, ਨੌਕਰ ਦੀ ਬਸ ਬੜੀ ਅੱਛੀ ਗੱਲ ਹੈ, ਕਿਉਂਕਿ ਇੱਕ ਇਹ ਸਕੂਨ ਦੇ ਲਾਰੀ ਛੋਟੀ ਜਿਹੀ ਗੱਡੀ ਹੈ। ਅੱਛਾ ਸਾਹਿਬ ਜੀ, ਇਹ ਜਿਹੜੀ ਗੱਡੀ ਡੀਜ਼ਲ ਦਾ ਐਵਰੇਜ ਤਕਰੀਬਨ ਇਹਦੀ ਕਿੰਨੇ, 1 ਲੀਟਰ ਨਾਲ ਕਿੰਨੇ ਕਿਲੋਮੀਟਰ ਕਰ ਰਹੀ ਹੈ? ਇਹ 5 ਕਿਲੋਮੀਟਰ ਚੱਲਦੀ ਹੈ। 5 ਕਿਲੋਮੀਟਰ ਚੱਲਦੀ ਹੈ ਜੀ। ਚਲ ਅੱਲਾ ਖੈਰ ਕਰੇ। ਹੋਰ ਕੋਈ ਪੈਗਾਮ ਦੇਣਾ ਚਾਹੋ ਸਾਡੇ ਬ੍ਰਾਂਡ? ਕੋਈ ਵੀ ਨਹੀਂ, ਬਸ ਗੱਡੀ ਦੀ ਵੀਡੀਓ ਬਣਾਓ, ਬਿਕਾਉਂਦੇ ਜਾਓ, ਗੱਡੀ ਦੀ ਬਣੇ ਨੇ। ਅੱਲਾ ਤਾਲਾ ਸਾਜੇ, ਅੱਲਾ ਤਾਲਾ ਤੁਹਾਨੂੰ ਖੁਸ਼ ਰੱਖੇ। ਉਸਤਾਦ ਰੇ ਦਾ ਸ਼ੁਕਰੀਆ ਅਦਾ ਕਰ ਸਾਂ, ਉਸਤਾਦ ਰੇ ਸਾਨੂੰ ਵੀ ਟਾਈਮ ਦਿੱਤਾ, ਇੱਕ ਗੱਡੀ ਦਾ ਕੰਮ ਕਰ ਰਹੇ ਆ, ਸਫਾਈ ਕਰ ਰਹੇ ਆ, ਮੈਂ ਵੇਖਿਆ ਮੇਰਾ ਦਿਲ ਖੁਸ਼ ਹੈ, ਮੈਂ ਕਿਹਾ ਗੱਡੀ ਨਾਲ ਮਿਹਨਤ ਕਰ ਰਹੇ ਆ, ਇਹਨਾਂ ਦੀ ਵੀਡੀਓ ਬਣਾਈ ਨੇ। ਦੂਸਰੀ ਗੱਲ, ਮੈਂ ਜਿਹੜਾ ਸਟਾਫ ਕੈਮਰਾ ਨੱਪੀ ਖਲਾਤਾ ਉਹਦੀ ਮੈਂ ਵੀਡੀਓ ਵਿੱਚ ਬਣਾਈ ਸਾਂ, ਉਹਦਾ ਖਾਸ ਤੌਰ ਤੇ ਮੈਂ ਸ਼ੁਕਰੀਆ ਅਦਾ ਕਰ ਸਾਂ, ਕਿਉਂਕਿ ਆਪਣੀ ਗੱਡੀ ਸਾਫ ਕਰ ਰਹੇ ਤੇ ਮੈਂ ਰਿਕੁਐਸਟ ਕੀਤੇ ਇਹਨਾਂ ਮੋਬਾਈਲ ਨਾ ਪਿਆ। ਓਕੇ, ਅੱਲਾ ਹਾਫਿਜ਼, ਦੁਆਵਾਂ ਯਾਦ ਰੱਖਿਆ, ਉਮੀਦ ਕਰ ਸਾਂ ਵੀਡੀਓ ਸਾਈਡ ਤੁਹਾਨੂੰ ਜ਼ਰੂਰ ਪਸੰਦ ਆਈ ਹੋਸੀ, ਤੇ ਅੱਜ ਦੀ ਵੀਡੀਓ ਇੱਥੇ ਖਤਮ ਕਰ ਸਾਂ, ਤੇ ਮੇਰੀ ਉਹ ਛੋਟੀ ਜਿਹੀ ਰਿਕੁਐਸਟ ਹੈ, ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦੇਣਾ। ਓਕੇ, ਅੱਲਾ ਹਾਫਿਜ਼, ਦੁਆਵਾਂ ਯਾਦ ਰੱਖਿਆ, ਮਿਲਸ ਨਵੀਂ ਵੀਡੀਓ।